ਪੰਜਾਬੀਓ ਬਹੁਤ ਸੋਚਣ ਦਾ ਮੁੱਦਾ ਹਾ ਗੰਭੀਰ ਮੁੱਦਾ ਪਾਣੀ ਵਾਲਾ ਆਹ ਜਿਹੜਾ ਤੁਸੀਂ ਟੈਂਕਰ ਦੇਖਦੇ ਆ ਨਾ ਇਹ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਹਲਕੇ ਦਾ ਪਿੰਡ ਗਿਆਨਾ ਅਤੇ ਇੱਥੇ ਇੱਕ ਨਹੀਂ ਘਰ ਘਰ ਦੇ ਵਿੱਚ ਇਹੋ ਜਿਹੇ ਟੈਂਕ ਬਣੇ ਹੋਏ ਆ ਜਿਹੜੇ ਨਹਿਰ ਤੋਂ ਲਿਆਉਂਦੇ ਆ ਅਤੇ 300-400 ਰੁਪਏ ਦਾ ਇੱਕ ਟੈਂਕਰ ਪੈਂਦਾ ਹੈਗਾ ਅਤੇ ਤੁਸੀਂ ਦੇਖ ਲਓ ਕਿੰਨੀ ਕੰਜੂਸੀ ਨਾਲ ਇਹ ਪਾਣੀ ਵਰਤਦੇ ਹੋਵਾਂਗੇ ਲਗਭਗ 3-4 ਦਿਨਾਂ ਤੋਂ ਫਿਰ ਵੀ ਖਤਮ ਹੋ ਜਾਂਦਾ ਹੈਗਾ ਖੇਤਾਂ ਦੀ ਗੱਲ ਛੱਡੋ ਪੀਣ ਦੇ ਇੰਨੇ ਲਾਲੇ ਪਏ ਆ ਜਿਹੜੇ ਥਾਵਾਂ 'ਤੇ ਹੁਣ ਵਾਧੂ ਪਹਿਲੇ ਤਾਂ ਆਪਾਂ ਵਰਤਦੇ ਹਾਂ ਅਤੇ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਦੂਜੇ ਜਿਹੜੀ ਆਹ ਫੈਕਟਰੀਆਂ ਲੱਗ ਜਾਂਦੀਆਂ ਕਿੰਨਾ ਕਿੰਨਾ ਪਾਣੀ ਜ਼ਹਿਰੀਲਾ ਕਰਦਾ ਧਰਤੀ ਹੇਠਲਾ ਹੁਣ ਨਹਿਰੀ ਪਾਣੀ ਤਾਂ ਆਉਂਦਾ ਹੀ ਨਹੀਂ ਗਾ ਕਦੇ ਕਦਾਂ ਹੀ ਆਉਂਦਾ ਅਤੇ ਜਿਹੜਾ ਧਰਤੀ ਹੇਠਲਾ ਵੀ ਜ਼ਹਿਰੀਲਾ ਕਰਤਾ ਫਿਰ ਕਿੱਥੇ ਛੱਡ ਕੇ ਜਾਵਾਂਗੇ ਜਵਾਕਾਂ ਵਾਸਤੇ ਪਾਣੀ ਆਪ ਹਰੇਕ ਬੰਦਾ ਸੋਚਦਾ 4 ਰੁਪਏ ਜੋੜ ਲਏ ਕਿਸੇ ਨੇ ਜਵਾਕਾਂ ਵਾਸਤੇ ਜੀ ਜਵਾਕਾਂ ਵਾਸਤੇ ਕੁਛ ਛੱਡ ਦੇਈਏ ਪਰ ਪਾਣੀ ਕਦੋਂ ਛੱਡ ਕੇ ਜਾਵਾਂਗੇ ਜਵਾਕਾਂ ਵਾਸਤੇ ਆਉਣ ਵਾਲੀਆਂ ਪੀੜ੍ਹੀਆਂ ਤਾਨੇ ਮਾਰਨੀਆਂ ਆਪਾਂ ਨੂੰ ਉਹ ਦੇਖੋ ਹੁਣ ਬਾਪੂ ਪੈਸੇ ਦੇਈ ਜਾਂਦਾ 200-300 ਰੁਪਇਆ ਜੋ ਵੀ ਟੈਂਕਰ ਦਾ ਬਣਦਾ ਅਤੇ ਇਹ ਪਿੰਡ ਦੇ ਵਿੱਚ ਮੈਨੂੰ ਲੱਗਦਾ ਘੱਟੋ ਘੱਟ 7-8 ਟੈਂਕਰ ਚੱਲਦੇ ਆ ਅਤੇ ਇੱਕ ਪਿੰਡ ਨਹੀਂ ਹੈਗਾ ਤਲਵੰਡੀ ਸਾਬੋ ਦੇ ਕਾਫੀ ਪਿੰਡਾਂ ਦੇ ਵਿੱਚ ਪਾਣੀ ਦਾ ਆਹੀ ਹਾਲ ਆ ਅਤੇ ਬਹੁਤ ਗੰਭੀਰ ਮੁੱਦਾ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਣਾ ਹੈਗਾ ਜਿਹੜੇ ਅੰਨੇ ਵਾਹ ਪਾਣੀ ਦੀ ਵਰਤੋਂ ਕਰਦੇ ਆ ਅਤੇ ਜਾਂ ਕੋਈ ਨਹਿਰੀ ਪਾਣੀ ਦੀ ਮੰਗ ਨਹੀਂ ਕਰਦੇ ਅਤੇ ਸਾਨੂੰ ਪੁੱਛ ਕੇ ਦੇਖੋ ਧਰਤੀ ਹੇਠਲਾ ਪਾਣੀ ਹੈ ਨਹੀਂ 1500 ਫੁੱਟ ਤੱਕ ਅਤੇ ਜਿਹੜਾ ਨਹਿਰੀ ਪਾਣੀ ਆ ਉਹ ਆਉਂਦਾ ਹੀ ਨਹੀਂ ਜੇ ਆਉਂਦਾ ਹਫ਼ਤੇ ਮਹੀਨੇ ਦੇ ਵਿੱਚ ਇੱਕ ਹਫ਼ਤਾ ਆਉਂਦਾ ਇੱਕ ਹਫ਼ਤੇ ਦੇ ਵਿੱਚ ਪੀਣ ਵਾਲੇ ਪਾਣੀ ਦਾ ਟੈਂਕੀ ਨਹੀਂ ਭਰਦੇ ਇਕੱਲੇ ਖੇਤ ਨੂੰ ਤਾਂ ਲੱਗਣਾ ਹੀ ਕੀ ਹੈਗਾ ਇਹੋ ਜਿਹੇ ਹਾਲਾਤ ਹੋਏ ਪਏ ਆ ਅਤੇ ਜੇ ਨਾ ਸੋਚੇ ਸਮਝੇ ਤਾਂ ਆਹ ਹਾਲ ਹੋ ਜਾਣੇ ਆ ਸਾਰੇ ਕਿਤੇ ਵੀਰ ਬਣ ਕੇ ਸਾਰਿਆਂ ਨੂੰ ਸੋਚਣ ਦੀ ਲੋੜ ਆ ਇਸ ਮੁੱਦੇ ਦੇ ਉੱਤੇ ਝੋਨੇ ਦੀ ਕੋਈ ਬਦਲੀ ਵਾਸਤੇ ਹੋਰ ਉਪਰਾਲੇ ਕਰਨੇ ਚਾਹੀਦੇ ਆਪਾਂ ਨੂੰ ਜੇ ਸਰਕਾਰਾਂ ਨਹੀਂ ਬਦਲੀਆਂ ਤਾਂ ਆਪਾਂ ਨੂੰ ਖੁਦ ਇਹਨਾਂ ਚੀਜ਼ਾਂ ਨੂੰ ਬਦਲਣਾ ਪੈਣਾ ਅਤੇ ਜੇ ਨਾ ਬਦਲਿਆ ਤਾਂ ਹਾਲਾਤ ਹੋ ਜਾਣੇ ਆ ਅਤੇ ਨਹੀਂ ਕਹਿੰਦੇ ਹੁੰਦੇ ਨਾ ਹਰੇਕ ਆਹਦੇ ਵਿੱਚ ਝੋਨੇ ਦੀ ਥਾਂ ਲਾਈਏ ਕਿਹੜੀ ਫਸਲ ਆਹਦੇ ਜਦੋਂ ਪਾਣੀ ਨਾ ਰਿਹਾ ਉਦੋਂ ਕਿਹੜੀ ਲਾਉਂਗੇ ਉਹੀ ਲਾ ਲਿਆ ਕਰੋ ਹੁਣੇ ਅਤੇ ਵੀਰ ਬਣ ਕੇ ਜ਼ਰੂਰ ਕੋਸ਼ਿਸ਼ ਕਰੋ ਅਤੇ ਨਹਿਰੀ ਪਾਣੀ ਦਾ ਜਿਹੜਾ ਹੈਗਾ ਆਪਾਂ ਵੱਧ ਤੋਂ ਵੱਧ ਦੀ ਵਰਤੋਂ ਕਰੀਏ ਅਤੇ ਵੱਧ ਤੋਂ ਵੱਧ ਮੰਗ ਕਰੀਏ ਸਾਡੇ ਹਲਕੇ ਦੇ ਵਿੱਚ ਹਰ ਇੱਕ ਪਾਰਟੀ ਆਉਂਦੀ ਹੈ ਅਤੇ ਦਾਅਵੇ ਕਰਦੀ ਹੈ ਵੱਡੇ ਵੱਡੇ ਪਾਣੀ ਐਂ ਕਰ ਦਾਂਗੇ ਪਾਣੀ ਐਂ ਕਰ ਦਾਂਗੇ ਅਤੇ ਪਾਣੀ ਪੀਣ ਯੋਗ ਵੀ ਨਿਆਂ ਵਾਹੀ ਯੋਗ ਤਾਂ ਆਉਣਾ ਹੀ ਕੀ ਆ ਅਤੇ ਨਾਲ ਨਾਲ ਸਾਡੇ ਰਿਫਾਇਨਰੀਆਂ ਲੱਗੀਆਂ ਇੱਥੇ ਪਾਣੀ ਕਰਤਾ ਵਾਧੂ ਅਤੇ ਸਾਨੂੰ ਪੀਣ ਨੂੰ ਵੀ ਨਹੀਂ ਦਿੰਦੇ ਉਹ ਨਹਿਰ ਦੇ ਵਿੱਚੋਂ ਜਿਹੜਾ ਮੋਗਾ ਲੱਗਿਆ ਹੋਇਆ ਗਾ ਸੂਆ ਆਉਂਦਾ ਰਿਫਾਇਨਰੀ ਨੂੰ ਉਹਦੇ ਵਿੱਚੋਂ ਫੁੱਲੋਖਾਰੀ ਪਿੰਡ ਨੇ ਪਾਣੀ ਮੰਗਿਆ ਸੀ ਅਤੇ ਫੁੱਲੋਖਾਰੀ ਨੂੰ ਪਾਣੀ ਨਹੀਂ ਦਿੱਤਾ ਉਹ 24 ਘੰਟੇ ਚੱਲਦੇ ਹੀ ਰਹਿੰਦੇ ਪਾਣੀ ਬੰਦ ਨਹੀਂ ਹੁੰਦੇ ਪਰ ਪੀਣ ਨੂੰ ਪਾਣੀ ਨਹੀਂ ਦਿੱਤਾ ਉਹਨਾਂ ਨਹਿਰਾਂ ਦੇ ਵਿੱਚੋਂ ਇਹ ਆਹ ਹਾਲ ਜੇ ਨਾ ਸੋਚੇ ਸਮਝੇ ਭਰਾਵੋ ਅਤੇ ਆਹ ਹਾਲ ਆਉਣ ਵਾਲੇ ਆ ਤੁਹਾਡੇ ਕੋਲ ਦਿਨ ਦੂਰ ਨਹੀਂ ਹੈਗੇ ਜਦੋਂ ਇਹ ਆ ਜਾਣਗੇ ਅਤੇ ਫਿਰ ਪਛਤਾਇਆ ਕੁਛ ਨਹੀਂ ਬਣਦਾ ਅਤੇ ਮੈਂ ਵਾਰ ਵਾਰ ਕਹਿਣਾ ਵੀ ਆਪਾਂ ਜੇ ਛੱਡ ਕੇ ਜਾਣਾ ਤਾਂ ਪਾਣੀ ਛੱਡ ਕੇ ਜਾਓ ਕਿਸੇ ਨਾ ਕਿਸੇ ਤਰੀਕੇ ਨਾਲ ਪਾਣੀਆਂ ਦੇ ਮੁੱਦੇ 'ਤੇ ਆਓ ਆ ਜਿਹੜੇ ਧਰਤੀ ਹੇਠਲਾ ਪਾਣੀ ਵੀ ਆਪਣਾ ਗੰਧਲਾ ਕਰੀ ਜਾਂਦੇ ਅਤੇ ਆਪਾਂ ਵੀ ਅੰਨੇ ਵਾਹ ਪਾਣੀ ਕੱਢੀ ਜਾਂਦੇ ਧਰਤੀ ਹੇਠੋਂ ਅਤੇ ਜ਼ਰੂਰ ਬਾਈ ਬਣ ਕੇ ਗੌਰ ਕਰਿਓ ਇਹਨਾਂ ਗੱਲਾਂ 'ਤੇ ਅਤੇ ਨਹੀਂ ਆਹ ਤੁਹਾਡੇ ਸਾਹਮਣੇ ਜਿਉਂਦੀ ਜਾਗਦੀ ਮਿਸਾਲ ਆ ਜੇ ਕਿਸੇ ਨੂੰ ਫਿਰ ਵੀ ਝੂਠ ਲੱਗਦਾ ਅੱਜ ਨਹੀਂ ਬਣੀ ਲੱਗੀ ਤਾਂ ਸਾਡੇ ਪਿੰਡਾਂ ਦੇ ਵਿੱਚ ਆ ਕੇ ਦੇਖ ਸਕਦਾ ਧੰਨਵਾਦ ਗੁਰੂ